ਬਰਕਤ ਦਾ ਰਾਹ ਮੈਨੂੰ ਵਿਖਾਉਣਗੇ। ਪਰਮੇਸ਼ਵਰ ਅੱਜ ਮੈਨੂੰ ਸਮੱਸਿਆ ਵਿੱਚੋਂ ਨਿਕਲਣ ਦਾ ਰਸਤਾ ਮੈਨੂੰ ਦਿਖਾਉਣਗੇ। ਮੈਂ ਅੱਜ ਸੌ ਕੇ ਨਹੀਂ ਜਾਗ ਕੇ ਵਚਨ ਨੂੰ ਸੁਣਾਂਗਾ, ਤੇ ਉਹ ਵਚਨ ਮੈਨੂੰ ਕਦੀ ਵੀ ਭੁੱਲੂਗਾ ਨਹੀਂ, ਮੈਨੂੰ ਵਚਨ ਯਾਦ ਰਹੇਗਾ, ਯਾਦ ਰਹੇਗਾ। ਤੁਸੀਂ ਤੁਸੀਂ ਕਰਦੇ ਨਹੀਂ ਏਦਾਂ, ਇਸ ਲਈ ਵਚਨ ਭੁੱਲ ਜਾਂਦਾ। ਬਹੁਤ ਸਾਰੇ ਲੋਕਾਂ ਦੀ ਕੰਪਲੇਨ ਆ, ਸਾਨੂੰ ਵਚਨ ਭੁੱਲ ਜਾਂਦਾ ਹੈ। ਜੇ ਛੱਟਾ ਦੇ ਕੇ ਕਿਸਾਨ ਪੀਪਾ ਨਾ ਖੜਕਾਵੇ ਤਾਂ ਪੰਛੀ ਬੀਜ ਚੁੱਗ ਕੇ ਲੈ ਜਾਂਦਾ ਹੈ। ਕਈ ਵਾਰੀ ਉਹਨੂੰ ਕਈ ਤਰ੍ਹਾਂ ਦੀਆਂ ਆਵਾਜ਼ਾਂ ਕੱਢਣੀਆਂ ਪੈਂਦੀਆਂ ਆ, ਉੱਥੇ ਕਈ ਵਾਰੀ ਡਰਾਉਣਾ ਖੜਾ ਕਰਨਾ ਪੈਂਦਾ ਆ ਖੇਤ ਦੇ ਵਿੱਚ, ਤੇ ਉੱਥੇ ਲਾਗੇ ਲਾਗੇ ਘੁੰਮਣਾ ਪੈਂਦਾ ਜਦੋਂ ਤੱਕ ਬੀਜ ਜਿਹੜਾ ਆ ਉਂਗਰ ਨਹੀਂ ਜਾਂਦਾ, ਅੰਕੁਰਿਤ ਨਹੀਂ ਹੋ ਜਾਂਦਾ। ਇੱਦਾਂ ਹੀ ਤੁਹਾਨੂੰ ਜਾਗ ਕੇ ਇਸ ਬੀਜ ਦੀ ਰਾਖੀ ਕਰਨੀ ਪੈਣੀ ਆ। ਉਹ ਪਰਿੰਦਾ ਜਿਹੜਾ ਨੀਂਦ ਦੇ ਰੂਪ ਵਿੱਚ ਆਉਂਦਾ ਆ, ਜਿਹੜਾ ਡਿਸਟਰੈਕਸ਼ਨ ਦੇ ਰੂਪ ਵਿੱਚ ਆਉਂਦਾ ਆ ਭਲਾਵੇ ਵਿੱਚ ਪਾਉਣ ਨੂੰ, ਧਿਆਨ ਨੂੰ ਹੋਰ ਪਾਸੇ ਕਰਨ ਨੂੰ ਆਉਂਦਾ ਆ, ਉਹਨੂੰ ਪੀਪਾ ਖੜਕਾ ਕੇ ਮਤਲਬ ਉਹਨੂੰ ਬੋਲ ਬੋਲ ਕੇ ਉਹਨੂੰ ਉਡਾਉਣਾ ਆ ਕਿ ਤੂੰ ਇਸ ਬੀਜ ਨੂੰ ਨਹੀਂ ਚੁੱਗ ਸਕਦਾ। ਇਹ ਬੀਜ ਅੰਕੁਰਿਤ ਹੋਏਗਾ, ਉਂਗਰੇਗਾ, ਪੌਦਾ ਬਣੇਗਾ, ਫਲ ਲੈ ਕੇ ਆਏਗਾ, ਔਰ ਮੈਂ ਇਸ ਫਲ ਨੂੰ ਖਾਵਾਂਗਾ। ਹਾਲੇਲੂਇਆ। ਖੜਕਾਇਆ ਕਰੋ ਪੀਪੇ ਨੂੰ, ਇਹ ਮੂੰਹ ਪੀਪਾ ਹੀ ਆ, ਉਦਾਂ ਥਾਂ ਥਾਂ ਤੇ ਖੜਕਦਾ ਆ। ਜਿੱਥੇ ਇਹਨੂੰ ਚੁੱਪ ਕਰਕੇ ਬਹਿਣ ਦੀ ਜ਼ਰੂਰਤ ਆ ਉੱਥੇ ਖੜਕੀ ਜਾਂਦਾ ਆ, ਤੇ ਜਿੱਥੇ ਇਹਨੂੰ ਖੜਕਾਉਣਾ ਆ, ਜਿੱਥੇ ਇਹਨੇ ਬੋਲਣਾ ਆ, ਇਹਨੂੰ ਖੋਲਣਾ ਆ, ਉੱਥੇ ਇਹ ਚੁੱਪ ਹੋ ਜਾਂਦਾ ਆ। ਤਾਂ ਜ਼ਰੂਰੀ ਆ ਅਸੀਂ ਪਹਿਲਾਂ ਤਾਂ ਇਸ ਚੀਜ਼ ਨੂੰ ਸਮਝੀਏ ਕਿ ਅਸੀਂ ਕਿੱਦਾਂ ਆਪਣੇ ਬੀਜ ਦੀ, ਜੋ ਵਚਨ ਰੂਪੀ ਬੀਜ ਆ, ਉਹਨੂੰ ਕਿੱਦਾਂ ਸੰਭਾਲਣਾ ਆਪਣੇ ਅੰਦਰ। ਬਿਲਕੁਲ ਵੀ ਸੋਇਆ ਨਾ ਕਰੋ। ਜੇ ਤੁਸੀਂ ਵਚਨ ਵੱਲ ਧਿਆਨ ਲਾਉਣ ਲੱਗ ਗਏ, ਸਹੀ ਗੱਲ, ਧਿਆਨ ਨਾਲ ਸੁਣੋ, ਅਗਰ ਤੁਸੀਂ ਵਚਨ ਵੱਲ ਧਿਆਨ ਲਾਉਣ ਲੱਗ ਗਏ, ਸੱਚਮੁੱਚ ਪੱਖੇ ਬੰਦ ਹੋ ਜਾਣ ਤੁਹਾਨੂੰ ਪਤਾ ਨਹੀਂ ਲੱਗਣਾ, ਬਰਫ ਪੈਣ ਲੱਗ ਜਾਵੇ ਤੁਹਾਨੂੰ ਪਤਾ ਨਹੀਂ ਲੱਗਣਾ, ਮੀਂਹ ਆ ਜਾਵੇ ਤੁਹਾਨੂੰ ਪਤਾ ਨਹੀਂ ਲੱਗਣਾ, ਕਿਉਂਕਿ ਇੰਨੇ ਚਿਰਾਂ ਦੇ ਇੱਕ ਹੀ ਤਾਂ ਤੁਰੀ ਵਜਾ ਰਿਹਾ, ਖੁਦਾ ਤੈਨੂੰ ਮਿਲਣਾ ਚਾਹੁੰਦੇ, ਮਿਲ, ਇਹ ਖੁਦਾ ਤੈਨੂੰ ਦੇਖਣਾ ਚਾਹੁੰਦੇ ਆ, ਮਿਲ, ਤੂੰ ਮੇਰੇ ਸਾਹਮਣੇ ਆ ਜਾ, ਮੈਂ ਆਪਣੇ ਦਿਲ ਨੂੰ ਖੋਲਿਆ, ਤੇ ਵਚਨ ਕੀ ਆ, ਖੁਦਾ ਹੀ ਤੇ ਆ, ਪਰਮੇਸ਼ਵਰ ਹੀ ਤੇ ਆ। ਅਰ ਤੁਸੀਂ ਇੰਨੇ ਮਗਨ ਹੋ ਜਾਓ ਕਿ ਜਿਸ ਚੀਜ਼ ਨੂੰ ਤੁਸੀਂ ਤਰਸ ਰਹੇ ਸੀ, ਜਿਸ ਚੀਜ਼ ਲਈ ਤੁਸੀਂ ਵਰਤ ਰੱਖ ਕੇ ਪ੍ਰਾਰਥਨਾ ਕਰ ਰਹੇ ਸੀ, ਜਿਹਨੂੰ ਤੁਸੀਂ ਪੁਕਾਰ ਰਹੇ ਸੀ, ਉਹ ਤੁਹਾਨੂੰ ਮਿਲਣ ਲਈ ਆ ਗਿਆ, ਤੇ ਤੁਸੀਂ ਕਹਿ ਰਹੇ ਹੋ ਓ ਗਰਮੀ ਬਹੁਤ ਆ, ਖੁਦਾ ਜੀ ਫੇਰ ਕਿਸੇ ਦਿਨ ਆ ਜਾਓ, ਬਹੁਤ ਗਰਮੀ ਆ, ਕਿਉਂਕਿ ਤੁਹਾਡਾ ਧਿਆਨ ਗਰਮੀ ਵੱਲ ਆ। ਮੰਨਿਆ ਗਰਮੀ ਬਹੁਤ ਆ, ਗਰਮੀ ਉਹਨਾਂ ਲਈ ਬਹੁਤ ਆ ਜਿਹੜੇ ਗਰਮੀ ਵੱਲ ਧਿਆਨ ਲਾਉਣਗੇ, ਜਿਹੜੇ ਪਰਮੇਸ਼ਵਰ ਵੱਲ ਧਿਆਨ ਲਾਉਣਗੇ ਉਹਨੇ ਤੁਹਾਨੂੰ ਗਰਮੀ ਨਹੀਂ ਲੱਗਣ ਦੇਣੀ। ਸਿਆਣਾ ਦੇ ਦਿਨਾਂ ਵਿੱਚ ਵੀ ਉਹਨੇ ਤੁਹਾਨੂੰ ਠੰਡ ਨਹੀਂ ਲੱਗਣ ਦੇਣੀ, ਕਿਉਂਕਿ ਉਹਨੇ ਤੁਹਾਨੂੰ ਨਿੱਘ ਵੀ ਦੇ ਦੇਣਾ ਤੇ ਉਹਨੇ ਤੁਹਾਨੂੰ ਠੰਡ ਵੀ ਪਾ ਦੇਣੀ। ਮਿਲਣ ਦੇ ਨਾਲ ਠੰਡ ਵੀ ਪੈਂਦੀ ਆ ਤੇ ਮਿਲਣ ਨਾਲ ਨਿੱਘ ਵੀ ਆਉਂਦਾ ਹੈ, ਏਦਾਂ ਹੀ ਹੁੰਦਾ ਨਾ। ਕਈ ਵਾਰੀ ਆਪਾਂ ਏਦਾਂ ਹੀ ਕਹਿੰਦੇ ਆ ਤੁਹਾਨੂੰ ਮਿਲ ਕੇ ਠੰਡ ਪੈ ਗਈ, ਹੈਨਾ, ਤੇ ਕਈ ਵਾਰੀ ਏਦਾਂ ਹੀ ਕਹਿੰਦੇ ਸੱਚੀ ਮਿਲ ਕੇ ਨਿੱਘ ਆ ਗਿਆ, ਕਹਿੰਦੇ ਕਿ ਨਹੀਂ। ਤਾਂ ਜੇ ਇਸ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਨਾ, ਪਰਮੇਸ਼ਵਰ ਉਹ ਤੁਹਾਡੇ ਨਾਲ ਉਦਾਂ ਹੀ ਕਰੇਗਾ। ਹਾਲੇਲੂਇਆ। ਸੋ ਸਾਰਾ ਧਿਆਨ ਤੁਹਾਡਾ ਵਚਨ ਉੱਤੇ ਹੋਣਾ ਚਾਹੀਦਾ ਆ, ਵਚਨ
ਪਰਮੇਸ਼ਵਰ ਆ, ਇਸ ਤੋਂ ਆਪਣਾ ਧਿਆਨ ਹਟਾਉਣਾ ਨਹੀਂ। ਜਦੋਂ ਹੁਣ ਬਚਨ ਚੱਲ ਰਿਹਾ ਆ, ਜੇ ਤੁਸੀਂ ਵਿਸ਼ਵਾਸ ਕਰ ਲਵੋ ਕਿ ਅੱਜ ਮੈਂ ਵਚਨ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਚੰਗਾ ਹੋ ਜਾਣਾ ਆ, ਕੋਈ ਇਨਸਾਨ ਦੀ ਸ਼ਕਤੀ, ਕੋਈ ਧਰਤੀ ਦੀ ਸ਼ਕਤੀ ਤੇ ਕੋਈ ਸ਼ੈਤਾਨ ਦੀ ਸ਼ਕਤੀ ਤੁਹਾਨੂੰ ਚੰਗੇ ਹੋਣ ਤੋਂ ਰੋਕ ਨਹੀਂ ਸਕਦੀ। ਹਾਲੇਲੂਇਆ, ਹਾਲੇਲੂਇਆ। ਅਗਰ ਤੁਸੀਂ ਵਿਸ਼ਵਾਸ ਕਰ ਲਵੋ, ਕਿਉਂਕਿ ਵਚਨ ਵਿੱਚ ਲਿਖਿਆ ਵਿਸ਼ਵਾਸ ਕਰਨ ਵਾਲਿਆਂ ਦੇ ਲਈ, ਨੇਚਾ ਕਰਨ ਵਾਲਿਆਂ ਦੇ ਲਈ ਸਭ ਤੋਂ ਕੁਝ ਹੋ ਸਕਦਾ ਹੈ। ਇੱਦਾਂ ਨਹੀਂ ਲਿਖਿਆ ਲਿਮਿਟ ਜਾਂ ਲਿਸਟ ਵਿੱਚ ਨਹੀਂ ਵੀ ਆਹ ਚੀਜ਼ਾਂ ਹੋ ਸਕਦੀਆਂ। ਇੱਥੇ ਵੀ ਕੀ ਲਿਖਿਆ, ਸਭ ਤੋਂ ਕੁਝ ਜੋ ਤੁਸੀਂ ਨੇਚਾ ਨਾਲ ਪ੍ਰਾਰਥਨਾ ਕਰਕੇ ਮੰਗੋ ਸੋ ਪਾਓਗੇ। ਨੇਚਾ ਨਾਲ ਜਦੋਂ ਪ੍ਰਾਰਥਨਾ ਕਰਕੇ ਮੰਗੋਗੇ ਸਾਰਾ ਕੁਝ ਹੀ ਮਿਲ ਜੂਗਾ। ਤੇ ਜਿਨ੍ਹਾਂ ਨੇ ਨੇਚਾ ਕਰ ਲਈ ਉਹਨਾਂ ਲਈ ਵਚਨ ਕੀ ਕਹਿੰਦਾ, ਸਾਰਾ ਕੁਝ ਹੋ ਸਕਦਾ ਆ। ਤਾਂ ਪਰਮੇਸ਼ਵਰ ਆਪਣੀ ਸਟੇਟਮੈਂਟ ਨੂੰ ਚੇਂਜ ਨਹੀਂ ਕਰ ਰਿਹਾ। ਹਾਲੇਲੂਇਆ, ਪ੍ਰਭੂ ਆਪਣੇ ਵਚਨ ਨੂੰ ਬਦਲ ਨਹੀਂ ਰਹੇ। ਥਾਂ ਥਾਂ ਤੇ ਜਿੱਥੇ ਵੀ ਤੁਸੀਂ ਨੇਚਾ ਦੇਖੋਗੇ ਉੱਥੇ ਸਭ ਕੁਝ ਪ੍ਰਾਪਤ ਹੁੰਦਾ ਦੇਖੋਗੇ। ਹੰਨਾ ਨੇ ਵਿਸ਼ਵਾਸ ਕੀਤਾ, ਬੇ ਔਲਾਦ ਸੀ, ਪਰਮੇਸ਼ਵਰ ਨੇ ਔਲਾਦ ਵਾਲੀ ਬਣਾ ਦਿੱਤਾ। ਹਾਲੇਲੂਇਆ। ਅੱਜ ਵੀ ਅਗਰ ਇੱਥੇ ਕੋਈ ਵੀ ਭੈਣਾਂ ਭਰਾ ਇਹੋ ਜਿਹੇ ਬੈਠੇ ਆ ਜਿਨ੍ਹਾਂ ਦੇ ਕੋਲੇ ਬੱਚੇ ਦੀ ਆਸ਼ੀਸ਼ ਨਹੀਂ ਆ, ਮੈਂ ਕਹਿੰਦੀ ਵਿਸ਼ਵਾਸ ਕਰਕੇ ਦੇਖੋ, ਆਉਂਦੇ ਸਾਲ ਹੀ ਤੁਸੀਂ ਧੀਆਂ ਪੁੱਤਰਾਂ ਨਾਲ ਆਓਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਵਿਸ਼ਵਾਸ ਕਰੋ, ਵਿਸ਼ਵਾਸ ਕਰਨ ਵਾਲਿਆਂ ਲਈ ਸਭ ਕੁਝ ਹੋ ਸਕਦਾ ਹੈ। ਤੁਹਾਡੀਆਂ ਰਿਪੋਰਟਾਂ ਬਦਲ ਜਾਣਗੀਆਂ, ਤਾਨੇ ਮੇੜੇ ਮੁੱਕ ਜਾਣਗੇ ਜਿਹੜੇ ਅੱਜ ਤੁਹਾਨੂੰ ਸ਼ਰਮਿੰਦਿਆ ਕਰਦੇ ਆ, ਸ਼ਰਮਿੰਦੇ ਹੋਣਗੇ ਜਦੋਂ ਤੁਹਾਨੂੰ ਪਰਮੇਸ਼ਵਰ ਦੀ ਮਹਿਮਾ ਕਰਦਿਆਂ ਹੋਇਆ ਦੇਖਣਗੇ। ਹਾਲੇਲੂਇਆ। ਸੋ ਪ੍ਰਾਰਥਨਾ ਦੇ ਵਿੱਚ ਇੰਨੀ ਕੁ ਸ਼ਕਤੀ ਆ ਕਿ ਜਦੋਂ ਇੱਕ ਸਧਾਰਨ ਮਨੁੱਖ ਪ੍ਰਾਰਥਨਾ ਕਰਦਾ ਆ, ਇੱਕ ਆਰਡੀਨਰੀ ਪਰਸਨ ਜਦੋਂ ਪ੍ਰਾਰਥਨਾ ਕਰਦਾ ਆ, ਤਾਂ ਐਕਸਟਰਾ 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 ਆਰਡੀਨਰੀ ਬਲੇਸਿੰਗਸ ਨੂੰ ਖੋਲ ਦਿੰਦਾ ਆ। ਹਾਲੇਲੂਇਆ, ਹਾਲੇਲੂਇਆ। ਆਰਡੀਨਰੀ ਹੁੰਦਾ ਸਧਾਰਨ, ਤੇ ਐਕਸਟਰਾ ਆਰਡੀਨਰੀ ਕੀ ਹੁੰਦਾ ਆ, ਬਹੁਤ ਖਾਸ ਮਹੱਤਵਪੂਰਨ। ਇੱਕ ਸਧਾਰਨ ਵਿਅਕਤੀ ਵੀ ਪ੍ਰਾਰਥਨਾ ਕਰੇ ਤਾਂ ਬਹੁਤ ਵੱਡੀਆਂ ਆਸ਼ੀਸ਼ਾਂ ਨੂੰ ਆਪਣੇ ਜੀਵਨ ਵਿੱਚ ਖੋਲ ਸਕਦਾ ਹੈ। ਇਦਾਂ ਨਹੀਂ ਆ ਕਿ ਤੁਸੀਂ ਕਹੋ ਮੈਂ ਤਾਂ 10,000 ਰੁਪਈਆ ਕਮਾਉਣ ਵਾਲਾ ਆਦਮੀ ਆ, ਮੇਰੀ ਪ੍ਰਾਰਥਨਾ ਕਿੱਥੋਂ ਸੁਣੀ ਜਾਣੀ ਵੀ ਮੇਰਾ ਘਰ 2 ਮੰਜ਼ਲਾ ਬਣ ਜਾਵੇ। ਮੇਰੇ ਵੱਲ ਜਦੋਂ ਰੱਬ ਨੇ ਝਾਤੀ ਮਾਰਨੀ, ਉਹਨੇ ਕਹਿਣਾ 10,000 ਮਹੀਨੇ ਦਾ ਕਮਾਉਣਾ ਆ, ਤੇ ਗੱਲਾਂ ਤੂੰ ਇੱਦਾਂ ਕਰਦਾ ਆ ਵੀ ਜਿੱਦਾਂ 5,00,000 ਰੁਪਈਆ ਤੈਨੂੰ ਮਹੀਨੇ ਦਾ ਆਉਂਦਿਆ, ਇੱਡੇ ਘਰ ਵਰਗਾ ਸੁਪਨਾ ਤੂੰ ਬਣਾਇਆ ਆ। ਨਹੀਂ, ਪ੍ਰਭੂ ਤੁਹਾਨੂੰ ਇੱਦਾਂ ਨਹੀਂ ਦੇਖਦੇ ਜਿੱਦਾਂ ਤੁਸੀਂ ਆਪਣੇ ਆਪ ਨੂੰ ਦੇਖਦੇ ਆ। ਤੁਸੀਂ ਆਪਣੇ ਆਪ ਨੂੰ ਆਪਣੀਆਂ ਅੱਖਾਂ ਨਾਲ ਦੇਖਣਾ ਬੰਦ ਕਰੋ, ਪਿਤਾ ਪਰਮੇਸ਼ਵਰ ਦੀਆਂ ਅੱਖਾਂ ਨਾਲ ਦੇਖਣਾ ਸ਼ੁਰੂ ਕਰੋ। ਹਾਲੇਲੂਇਆ। ਦਾਊਦ ਨੂੰ ਉਹਦੇ ਘਰ ਦੇ ਕਿੱਦਾਂ ਦੇਖਦੇ ਸੀ, ਨਿਕੰਮਾ ਜਿਹਾ ਦੇਖਦੇ ਸੀ। ਦਾਊਦ ਦੇ ਬਾਕੀ ਭਰਾ ਤਾਂ ਸੈਨਾ ਦੇ ਵਿੱਚ ਸੀਗੇ,
ਤੇ ਦਾਊਦ ਦੇ ਪਿਤਾ ਨੇ ਉਹਨੂੰ ਸੈਨਾ ਵਿੱਚ ਵੀ ਨਹੀਂ ਕਰਾਇਆ, ਉਹਨੂੰ ਜਾਨਵਰ ਚਰਾਉਣ ਵਾਸਤੇ ਰੱਖਿਆ ਸੀ, ਮਾਲ ਡੰਗਰ ਚਰਾਉਂਦਾ ਸੀ ਉਹ। ਪਰ ਪਰਮੇਸ਼ਵਰ ਉਹਨੂੰ ਕਿੱਦਾਂ ਦੇਖ ਰਹੇ ਸੀ? ਅਯਾਲੀ ਨਹੀਂ, ਬਾਦਸ਼ਾਹ ਦੇਖਿਆ ਪਰਮੇਸ਼ਵਰ ਨੇ ਉਹਦੇ ਅੰਦਰ। ਹਾਲੇਲੂਇਆ। ਐਸਤਰ ਨੂੰ ਦੁਨੀਆ ਕਿੱਦਾਂ ਦੇਖਦੀ ਸੀ? ਅਨਾਥ ਬੇਸਹਾਰਾ ਕੁੜੀ। ਪਰ ਪਰਮੇਸ਼ਵਰ ਐਸਤਰ ਨੂੰ ਕਿੱਦਾਂ ਦੇਖ ਰਹੇ ਸੀ? ਮਲਿਕਾ ਐਸਤਰ। ਹਾਲੇਲੂਇਆ, ਹਾਲੇਲੂਇਆ। ਅਬਰਾਹਮ ਖੁਦ ਨੂੰ ਕੀ ਦੇਖ ਰਿਹਾ? ਸਾਰਾ ਖੁਦ ਨੂੰ ਕੀ ਦੇਖ ਰਹੀ ਆ? ਕਿ ਅਸੀਂ ਬੁੱਢੇ ਹੋ ਗਏ ਆ, ਕੁੱਖ ਸੁੱਕ ਗਈ ਆ। ਉਹ ਕਹਿੰਦਾ ਮੈਂ ਪਿਤਾ ਬਣਨ ਦੇ ਲਾਇਕ ਮੇਰਾ ਜਿਸਮ ਨਹੀਂ ਰਿਹਾ, ਬਾਂਝ ਆ। ਲੋਕੀ ਵੀ ਉਹਨਾਂ ਨੂੰ ਬਾਂਝ ਹੀ ਦੇਖ ਰਹੇ ਸੀ, ਪਰ ਪਿਤਾ ਨੇ ਉਹਨੂੰ ਕਿੱਦਾਂ ਦੇਖਿਆ? ਕੌਮਾਂ ਦਾ ਪਿਤਾ। ਹਾਲੇਲੂਇਆ, ਹਾਲੇਲੂਇਆ। ਤੁਸੀਂ ਆਪਣੇ ਆਪ ਨੂੰ ਆਪਣੀਆਂ ਅੱਖਾਂ ਨਾਲ ਨਹੀਂ, ਪਰਮੇਸ਼ਵਰ ਦੀਆਂ ਅੱਖਾਂ ਨਾਲ ਦੇਖੋ। ਉਹ ਤੁਹਾਨੂੰ ਸਧਾਰਨ ਨਹੀਂ, ਪਰ ਉਹ ਤੁਹਾਨੂੰ ਮਹੱਤਵਪੂਰਨ ਦੇਖ ਰਿਹਾ ਹੈ। ਉਹ ਤੁਹਾਨੂੰ ਗਰੀਬ ਨਹੀਂ, ਤੁਹਾਨੂੰ ਪਾਤਸ਼ਾਹ ਦੇਖਦਾ ਹੈ। ਹਾਲੇਲੂਇਆ। ਤੁਹਾਡੇ ਕਿਸੇ ਦੇ ਅੰਦਰ ਵੀ ਗਰੀਬ ਨਹੀਂ ਛੁਪਿਆ ਹੋਇਆ, ਤੁਹਾਡੇ ਅੰਦਰ ਇੱਕ ਬਾਦਸ਼ਾਹ ਛੁਪਿਆ ਹੋਇਆ ਆ। ਉਸ ਬਾਦਸ਼ਾਹ ਨੂੰ ਪ੍ਰਾਰਥਨਾ ਕਰਕੇ ਬਾਹਰ ਆਉਣ ਦਿਓ। ਲੋਕੀ ਵੀ ਉਸ ਬਾਦਸ਼ਾਹ ਨੂੰ ਦੇਖਣਗੇ, ਪਰਮੇਸ਼ਵਰ ਦੀ ਮਹਿਮਾ ਕਰਦਿਆਂ ਹੋਇਆਂ। ਹਾਲੇਲੂਇਆ। ਤੁਹਾਡੇ ਅੰਦਰ ਮੂਰਖ ਪ੍ਰਾਣੀ ਨਹੀਂ ਆ, ਤੁਹਾਡੇ ਅੰਦਰ ਇੱਕ ਬੁੱਧੀਮਾਨ, ਇੱਕ ਐਜੂਕੇਟਡ ਪਰਸਨੈਲਿਟੀ ਲੁਕੀ ਹੋਈ ਆ। ਤੁਹਾਡੇ ਬੱਚੇ ਦੇ ਅੰਦਰ ਇੱਕ ਨਿਕੰਮਾ ਆਤਮਾ ਨਹੀਂ ਆ, ਤੁਹਾਡੇ ਬੱਚੇ ਦੇ ਅੰਦਰ ਇੱਕ ਆਫੀਸਰ ਦਾ ਸਪਿਰਿਟ ਆ, ਇੱਕ ਆਫੀਸਰ ਵਾਲਾ ਆਤਮਾ ਆ। ਪਰਮੇਸ਼ਵਰ ਦੀਆਂ ਅੱਖਾਂ ਨਾਲ ਤਾਂ ਦੇਖੋ, ਕਿਸੇ ਦੇ ਅੰਦਰ ਜੱਜ ਬੈਠਾ ਹੋਇਆ ਆ, ਕਿਸੇ ਦੇ ਅੰਦਰ ਵਕੀਲ ਆ, ਕਿਸੇ ਦੇ ਅੰਦਰ ਡਾਕਟਰ ਆ, ਕਿਸੇ ਦੇ ਅੰਦਰ ਲੈਕਚਰਾਰ ਆ, ਕਿਸੇ ਦੇ ਅੰਦਰ ਨਬੀ ਆ, ਕਿਸੇ ਦੇ ਅੰਦਰ ਪ੍ਰਚਾਰਕ ਆ, ਕੋਈ ਰਸੂਲ ਆ, ਕੋਈ ਪ੍ਰਾਈਮ ਮਿਨਿਸਟਰ ਆ, ਕੋਈ ਚੀਫ ਮਿਨਿਸਟਰ ਆ, ਕੋਈ ਹੋਮ ਮਿਨਿਸਟਰ ਆ, ਕੋਈ ਆਰਮੀ ਦੇ ਵਿੱਚ ਆਫੀਸਰ ਆ। ਪਰਮੇਸ਼ਵਰ ਨੇ ਤੁਹਾਡੇ ਅੰਦਰ ਨਿਕੰਮਾ ਆਤਮਾ ਨਹੀਂ ਪਾਇਆ, ਪਰਮੇਸ਼ਵਰ ਨੇ ਆਪਣਾ ਆਤਮਾ ਸਾਡੇ ਅੰਦਰ ਪਾਇਆ ਹੈ। ਹਾਲੇਲੂਇਆ। ਔਰ ਉਹੀ ਸਪਿਰਿਟ ਉਹਨੇ ਸਾਡੇ ਬੱਚਿਆਂ ਦੇ ਅੰਦਰ ਵੀ ਪਾਇਆ ਹੋਇਆ ਹੈ। ਹਾਲੇਲੂਇਆ। ਕਿਉਂਕਿ ਵਚਨ ਵਿੱਚ ਲਿਖਿਆ, ਸਚਿਆਰਾਂ ਦੀ ਪੀੜ੍ਹੀ ਮੁਬਾਰਕ ਹੋਵੇਗੀ, ਧਰਮੀ ਦੀ ਅੰਸ਼ ਕੌਮਾਂ ਵਿੱਚ ਜਾਣੀ ਜਾਵੇਗੀ। ਪ੍ਰਭੂ ਨੇ ਕਿਤੇ ਨਹੀਂ ਕਿਹਾ ਕਿ ਮੈਂ ਤੁਹਾਨੂੰ ਪੈਰ ਦੀ ਜੁੱਤੀ ਠਹਿਰਾਇਆ। ਕਿਸੇ ਨੇ ਪੜ੍ਹਿਆ ਕਿ ਪ੍ਰਭੂ ਨੇ ਕਿਹਾ ਮੈਂ ਤੁਹਾਨੂੰ ਇਸ ਧਰਤੀ ਦੀ ਸਵਾਹ ਠਹਿਰਾਇਆ? ਪਰ ਪਰਮੇਸ਼ਵਰ ਨੇ ਕੀ ਕਿਹਾ? ਮੈਂ ਤੁਹਾਨੂੰ ਸਿਰ ਠਹਿਰਾਇਆ, ਪੂਛ ਨਹੀਂ। ਹਾਲੇਲੂਇਆ। ਪਰਮੇਸ਼ਵਰ ਨੇ ਸਾਨੂੰ ਕਿਹਾ ਮੈਂ ਤੁਹਾਨੂੰ ਉਦਾਹਾਂ ਚੱਕਿਆ ਹੇਠਾਂ। ਪ੍ਰਭੂ ਨੇ ਇਹ ਨਹੀਂ ਕੱਟਿਆ ਕਿਹਾ ਕਿ ਮੈਂ ਤੈਨੂੰ ਚਟਾਨ ਤੋਂ ਧੱਕਾ ਦੇ ਕੇ ਨਾਲੀ ਵਿੱਚ ਸੁੱਟ ਦਿੱਤਾ, ਪਰ ਕੀ ਲਿਖਿਆ? ਮੈਂ ਤੈਨੂੰ ਚਿੱਕੜ ਵਿੱਚੋਂ ਕੱਢਿਆ ਤੇ ਚਟਾਨ ਦੇ ਉੱਤੇ ਖੜੇ ਕੀਤਾ। ਹਾਲੇਲੂਇਆ। ਬਿਕਾਜ਼ ਪਰਮੇਸ਼ਵਰ ਦੇ ਕੋਲੇ ਸਾਡੇ ਲਈ ਵੰਡਰਫੁਲ ਪਲੈਨਿੰਗਸ ਆ। ਵਚਨ ਚੀਖ ਚੀਖ ਕੇ, ਬੋਲ ਬੋਲ ਕੇ ਰੌਲਾ ਪਾਉਂਦਾ ਆ ਕਿ ਪਰਮੇਸ਼ਵਰ ਕਹਿ ਰਿਹਾ ਮੈਂ ਤੁਹਾਨੂੰ ਬਰਕਤ ਦੇਣੀ ਚਾਹੁੰਦਾ ਆ। ਕਹਿੰਦਾ ਮੈਂ ਚਾਹੁੰਦਾ ਤੁਸੀਂ ਨਰੋਏ ਹੋ ਜਾਓ,
ਮੈਂ ਚਾਹੁੰਦਾ ਤੁਸੀਂ ਹਜ਼ਾਰ ਗੁਣਾ ਬਰਕਤ ਪਾਓ। ਮੈਂ ਚਾਹੁੰਦਾ ਤੁਸੀਂ ਪਾਣੀ ਉੱਤੇ, ਧਰਤੀ ਉੱਤੇ ਤੇ ਅਸਮਾਨ ਦੀਆਂ ਚੀਜ਼ਾਂ ਉੱਤੇ ਰਾਜ ਕਰੋ। ਮੈਂ ਵੈਰੀ ਦੀਆਂ ਚੀਜ਼ਾਂ ਉੱਤੇ ਵੀ ਤੁਹਾਨੂੰ ਅਧਿਕਾਰ ਦਿੰਦਾ ਹਾਂ। ਰੋਗੀਆਂ ਨੂੰ ਚੰਗੇ ਕਰਨ ਦਾ ਅਧਿਕਾਰ, ਭੂਤਾਂ ਨੂੰ ਕੱਢਣ ਦਾ ਅਧਿਕਾਰ, ਜਿੱਥੇ ਪੈਰ ਰੱਖੋ ਜਗ੍ਹਾ ਤੁਹਾਨੂੰ ਰਾਜ ਕਰਨ ਲਈ ਦੇ ਦਿਆਂਗਾ। ਦੱਸੋ ਕੀ ਪਾਲਦੇ ਜੀ? ਸਾਰਾ ਕੁਝ ਤਾਂ ਦੇ ਦਿੱਤਾ। ਅਗਰ ਤੁਹਾਨੂੰ ਉਹ ਦਿੱਤਾ ਹੋਇਆ ਨਹੀਂ ਮਿਲ ਰਿਹਾ, ਉਹਦੀ ਵਜ੍ਹਾ ਕੀ ਆ? ਉਹਦੀ ਵਜ੍ਹਾ ਇਹ ਆ ਕਿ ਸਾਨੂੰ ਵਿਸ਼ਵਾਸ ਨਹੀਂ ਹੈਗਾ ਕਿ ਹੈ ਸਾਡੇ ਲਈ ਇੰਨਾ ਕੁਛ ਵੀ ਹੋ ਸਕਦਾ ਆ। ਬਸ ਇਹੀ ਵਜ੍ਹਾ ਆ, ਮੈਂ ਚੰਗਾ ਹੋ ਸਕਦਾ ਆ। ਨਹੀਂ ਨਹੀਂ, ਇੱਦਾਂ ਕਿੱਦਾਂ ਹੋ ਸਕਦਾ ਮੈਂ ਚੰਗਾ ਹੋ ਜਾਵਾਂ? ਜਿੱਦਣ ਵਿਸ਼ਵਾਸ ਹੋ ਗਿਆ ਕਿ ਪਰਮੇਸ਼ਵਰ ਨੇ ਇੰਨਾ ਪਿਆਰ ਕੀਤਾ ਕਿ ਮੈਂ ਚੰਗਾ ਹੋ ਸਕਦਾ ਆ, ਉਹਨੇ ਮੈਨੂੰ ਚੰਗਾ ਕੀਤਾ ਆ, ਮੈਂ ਚੰਗਾ ਹੋ ਚੁੱਕਾ ਆ, ਮੈਂ ਗਵਾਹੀ ਨਾਲ ਆ ਰਿਹਾ ਆ, ਤੁਸੀਂ ਬਿਮਾਰੀ ਚੋਂ ਉਦੋਂ ਹੀ ਬਾਹਰ ਆ ਜਾਓਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ! ਤੁਹਾਡੀ ਬੇਪ੍ਰਤੀਤੀ ਹੀ ਤੁਹਾਨੂੰ ਕਿਸੇ ਪਾਸੇ ਨਹੀਂ ਲੱਗਣ ਦਿੰਦੀ। ਬੇਪ੍ਰਤੀਤੀ ਦੇ ਬੰਧਨ ਨੂੰ ਤੋੜ ਦਿਓ। ਇਹ ਕੰਮ ਤੁਹਾਨੂੰ ਕਰਨਾ ਪੈਣਾ ਆ, ਮੈਂ ਨਹੀਂ ਕਰ ਸਕਦੀ ਇਹ ਕੰਮ। ਅਗਰ ਬੇਪ੍ਰਤੀਤੀ ਦਾ ਬੰਧਨ ਪ੍ਰਭੂ ਨੇ ਤੋੜਨਾ ਹੁੰਦਾ ਤਾਂ ਫਿਰ ਪ੍ਰਭੂ ਨੇ ਇਹ ਨਹੀਂ ਸੀ ਕਹਿਣਾ ਜੇ ਕਰ ਸਕਦੇ ਆ ਤਾਂ ਪ੍ਰਤੀਤ ਕਰੋ। ਇਹਦਾ ਮਤਲਬ ਪ੍ਰਤੀਤ ਕਰਨਾ ਸਾਡਾ ਕੰਮ ਹੈ। ਥੋੜੀ ਪ੍ਰਤੀਤ ਦਾ ਕਰਕੇ ਇਹ ਘੱਟ ਪ੍ਰਤੀਤ ਵਾਲਿਓ, ਕਦੋਂ ਤੱਕ ਮੈਂ ਤੁਹਾਨੂੰ ਬਰਦਾਸ਼ਤ ਕਰਾਂਗਾ? ਹਾਲੇਲੂਇਆ! ਪ੍ਰਭੂ ਕਾ ਵਚਨ ਪੜ੍ਹੇ ਔਰ ਸੁਣੇ ਜਾਣੇ ਪਰ ਆਪ ਸਭ ਕੋ ਬਰਕਤ ਔਰ ਆਸ਼ੀਸ਼ ਮਿਲੇ। ਪਰਮੇਸ਼ਵਰ ਦੇ ਦਾਸੀ ਨੇ ਇਹਦੇ ਵਿੱਚ ਦੱਸਿਆ ਕਿ ਸੱਚਮੁੱਚ ਸਾਨੂੰ ਨਾ ਮਤਲਬ ਕਿ ਪ੍ਰਾਰਥਨਾ ਦੇ ਵਿੱਚ ਇਸ ਤਰ੍ਹਾਂ ਰਹਿਣਾ ਚਾਹੀਦਾ ਕਿ ਮਤਲਬ ਸ਼ੈਤਾਨ ਨੂੰ ਚਰਾਉਣ ਦਾ ਮੌਕਾ ਨਹੀਂ ਦੇਣਾ ਚਾਹੀਦਾ। ਉਹ ਬਹੁਤ ਵਾਰੀ ਆਪਾਂ ਹੈ ਨਾ ਨੈਗੇਟਿਵ ਚੀਜ਼ਾਂ 'ਚ ਆਪਾਂ ਮਤਲਬ ਉਹਨਾਂ ਨੂੰ ਯਾਦ ਰੱਖ ਲੈਂਦੇ ਹਾਂ, ਚਾਹੇ ਕੋਈ ਵੀ ਦੁੱਖ ਬਿਮਾਰੀ ਆਪਾਂ ਉਹਨਾਂ ਚੀਜ਼ਾਂ ਦੇ ਵਿੱਚ ਪੈ ਕੇ ਆਪਣਾ ਪਰਮੇਸ਼ਵਰ ਦੇ ਵਚਨਾਂ ਨੂੰ ਭੁੱਲ ਜਾਂਦੇ ਕਿਉਂਕਿ ਸ਼ੈਤਾਨ ਇਸੇ ਕਰਕੇ ਆਉਂਦਾ ਆਪਣੇ ਕੋਲ ਕਿ ਉਹ ਇਸ ਚੀਜ਼ ਨੂੰ ਚਰਾ ਸਕੇ। ਇਸ ਕਰਕੇ ਮਤਲਬ ਕਿ ਉਹ ਸਾਰੀਆਂ ਚੀਜ਼ਾਂ ਨੂੰ ਚਰਾ ਕੇ ਲੈ ਜਾਂਦਾ। ਜੋ ਵੀ ਆਪਣੇ ਵਿੱਚ ਵਚਨ ਸੁਣਿਆ ਹੋਵੇ, ਆਪਾਂ ਆਰਾਧਨਾ ਕੀਤੀ ਹੋਵੇ, ਆਪਾਂ ਨੂੰ ਨਿਰਾਸ਼ਕੀ ਦੇ ਜਾਂਦਾ ਹੈਗਾ। ਇਸ ਕਰਕੇ ਨਾ ਆਪਾਂ ਨੂੰ ਉਹ ਯਾਦ ਰੱਖਣਾ ਵੀ ਜਿਹੜਾ ਯਾਦ ਹੁੰਦਾ ਨਾ ਉਹ ਭੁੱਲ ਜਾਂਦਾ, ਲੇਕਿਨ ਤੁਸੀਂ ਉਸ ਚੀਜ਼ ਦੇ ਵੱਲ ਧਿਆਨ ਨਾ ਦਿਆ ਕਰੋ। ਇਸ ਕਰਕੇ ਪਰਮੇਸ਼ਵਰ ਉੱਤੇ ਜਦੋਂ ਵਚਨ ਦੇ ਉੱਤੇ ਮਨ ਲਗਾਉਂਦੇ ਆ ਨਾ ਤਾਂ ਆਪਾਂ ਇਹ ਸਾਰਾ ਕੁਛ ਸਹੀ ਹੋਣ ਲੱਗ ਜਾਂਦਾ। ਸਿਰਫ ਆਪਾਂ ਨੂੰ ਉਹਦੇ ਉੱਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਹੈ। ਇਸ ਕਰਕੇ ਆਪਾਂ ਭੁੱਲ ਜਾਂਦੇ ਹੈਗੇ ਆ ਕਿਉਂਕਿ ਜਦੋਂ ਆਪਾਂ ਦੁੱਖਾਂ ਵੱਲ ਮਨ ਲਗਾ ਲੈਂਦੇ ਹਾਂ, ਲੇਕਿਨ ਜਦੋਂ ਆਪਾਂ ਪਰਮੇਸ਼ਵਰ ਵੱਲ ਆਪਾਂ ਧਿਆਨ ਦਿੰਦੇ ਹਾਂ, ਉਹਦੀਆਂ ਵਚਨਾਂ ਉੱਤੇ ਚੱਲਦੇ ਹਾਂ, ਸੁਣਦੇ ਹਾਂ, ਪ੍ਰਾਰਥਨਾ ਕਰਦੇ ਹਾਂ, ਤਾਂ ਸਾਰੀਆਂ ਚੀਜ਼ਾਂ ਹਟ ਜਾਂਦੀਆਂ ਯਿਸੂ ਦੇ ਨਾਮ ਵਿੱਚ। ਤੁਸੀਂ ਪ੍ਰਾਰਥਨਾ ਵਿੱਚ ਇਹ ਕਿਹਾ ਕਰੋ, ਪ੍ਰਭੂ ਮੇਰੇ ਅਤੇ ਮੇਰੇ ਪਰਿਵਾਰ 'ਤੇ ਦਇਆ ਕਰ, ਰਿਸ਼ਤੇਦਾਰਾਂ 'ਤੇ, ਜੋ ਕੋਈ ਵੀ ਤੁਹਾਨੂੰ ਸਤਾਉਂਦਾ ਉਹਨਾਂ ਵਾਸਤੇ ਵੀ ਪ੍ਰਾਰਥਨਾ ਕਰਿਆ ਕਰੋ। ਜੇ ਕੋਈ ਦੁਖੀ ਬਿਮਾਰ ਨਿਰਾਸ਼ ਆ ਅਤੇ ਮਾਯੂਸ ਆ ਤਾਂ ਉਹਦੇ ਲਈ ਵੀ ਪ੍ਰਾਰਥਨਾ ਦੁਆ ਕਰਿਆ ਕਰੋ। ਉਹ ਸਾਰਾ ਕੁਛ ਪ੍ਰਭੂ ਯਿਸੂ ਦੇ ਲਹੂ ਵਿੱਚ ਛਪਾਇਆ ਕਰੋ, ਸਭ ਕੁਛ ਠੀਕ ਹੋ ਜਾਊਗਾ। ਅਤੇ ਮੇਰੇ ਚੈਨਲ 'ਤੇ ਜੇ ਤੁਸੀਂ ਨਏ ਹੋ ਤਾਂ ਪਲੀਜ਼ ਸਬਸਕ੍ਰਾਈਬ, ਲਾਈਕ, ਕਮੈਂਟ ਜ਼ਰੂਰ ਕਰ ਲੈਣਾ। ਔਰ ਮਿਲਦੇ ਆ ਫਿਰ ਇੱਕ ਨਵੀਂ ਵੀਡੀਓ ਦੇ ਨਾਲ। ਸਭ ਕੁਝ ਜੈ ਸਿੱਖ ਕੇ।